ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੰਸਟਾਗ੍ਰਾਮ ਔਰ ਫੇਸਬੁੱਕ ਮਾਧਿਅਮ ਰਾਹੀਂ ਜਿੰਨੇ ਵੀ ਦਰਸ਼ਕ ਜੜ ਚੁੱਕੇ ਆ, ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਰਿੱਕੀ ਸੰਧੂ ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਤੋਂ। ਅੱਜ 9 ਮਈ, ਬਹੁਤ ਵਧੀਆ ਦਿਨ ਹੈ ਜੀ। ਓਮ ਗਲੋਬਲ ਦੇ ਜੋ ਮੈਗਾ ਸੈਮੀਨਾਰਸ ਰਿਗਾਰਡਿੰਗ ਆਸਟ੍ਰੇਲੀਆ ਦੇ ਸੀਗੇ, ਜੋ ਕਿ ਅੱਜ ਤੋਂ ਸਟਾਰਟਿੰਗ ਹੈ ਜੀ, ਅੱਜ ਪਹਿਲਾ ਸੈਮੀਨਾਰ ਹੋਣ ਜਾ ਰਿਹਾ ਅੰਮ੍ਰਿਤਸਰ ਆਫਿਸ ਦੇ ਵਿੱਚ। ਜਿਹੜੇ ਐਪਲੀਕੈਂਟ ਆਸਟ੍ਰੇਲੀਆ ਜਾਣਾ ਚਾਹੁੰਦੇ ਆ, ਕਿਸੇ ਵੀ ਵੀਜ਼ਾ ਕੈਟੇਗਰੀ 'ਚ ਅਪਲਾਈ ਕਰਨਾ ਚਾਹੁੰਦੇ ਆ, ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨਾ ਚਾਹੁੰਦੇ ਹੋ, ਕੋਈ ਵੀ ਵੀਜ਼ਾ ਕੈਟੇਗਰੀ ਰਿਗਾਰਡਿੰਗ ਆਸਟ੍ਰੇਲੀਆ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਓਮ ਗਲੋਬਲ ਦੇ ਮੈਗਾ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ, ਜਿਸ ਵਿੱਚ ਆਸਟ੍ਰੇਲੀਆ ਤੋਂ ਮਾਈਗ੍ਰੇਸ਼ਨ ਏਜੰਟ ਮਿਸਟਰ ਸੁਮਿਤ ਖੰਨਾ ਸਰ ਆ ਰਹੇ ਆ ਜੀ। ਜਿੰਨੇ ਵੀ ਐਪਲੀਕੈਂਟਸ ਹੈਗੇ ਆ ਨੀਅਰ ਬਾਏ ਅੰਮ੍ਰਿਤਸਰ, ਅੱਜ ਦੇ ਦਿਨ ਤੁਸੀਂ ਵਿਜ਼ਿਟ ਕਰ ਸਕਦੇ ਹੋ। ਜਿਹੜੇ ਵੀ ਐਪਲੀਕੈਂਟਸ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਸੀ ਜਾਂ ਹੋਰ ਕੰਟਰੀਆਂ ਤੋਂ ਰਿਫਿਊਜ਼ ਹੋ ਚੁੱਕੇ ਆ, ਉਹ ਆਸਟ੍ਰੇਲੀਆ ਦੇ ਲਈ ਵਿਜ਼ਿਟ ਕਰ ਸਕਦੇ ਨੇ। ਜਿਹੜੇ ਐਪਲੀਕੈਂਟਸ ਆਸਟ੍ਰੇਲੀਆ ਘੁੰਮਣ ਫਿਰਨ ਜਾਣਾ ਚਾਹੁੰਦੇ ਆ ਜਾਂ ਆਪਣੇ ਫੈਮਿਲੀ ਮੈਂਬਰਸ ਨੂੰ ਮਿਲਣ ਜਾਣਾ ਚਾਹੁੰਦੇ ਆ, ਉਹ ਅੱਜ ਸੈਮੀਨਾਰ 'ਤੇ ਵਿਜ਼ਿਟ ਕਰ ਸਕਦੇ ਆ। ਜਿਹੜੇ ਐਪਲੀਕੈਂਟਸ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਆ, ਸਪਾਊਸ ਐਪਲੀਕੈਂਟ ਇੰਡੀਆ ਦੇ ਵਿੱਚ 2 ਜਾਂ 3 ਵਾਰ ਅਗਰ ਰਿਫਿਊਜ਼ ਹੋ ਚੁੱਕਾ, ਸਟਿਲ ਆਸਟ੍ਰੇਲੀਆ ਜਾਣਾ ਚਾਹੁੰਦੇ ਆ, ਉਹ ਐਪਲੀਕੈਂਟ ਅੱਜ ਵਿਜ਼ਿਟ ਕਰ ਸਕਦੇ ਆ। ਪਰਮਾਨੈਂਟ ਰੈਜ਼ੀਡੈਂਸੀ ਜਿਹੜੇ ਐਪਲੀਕੈਂਟ ਅਪਲਾਈ ਕਰਨਾ ਚਾਹੁੰਦੇ ਆ, ਉਹ ਵਿਜ਼ਿਟ ਕਰ ਸਕਦੇ ਆ। ਹਰ ਇੱਕ ਐਪਲੀਕੈਂਟ ਦੇ ਲਈ ਅੱਜ ਅਗਰ ਆਪਾਂ ਗੱਲ ਕਰਦੇ ਹਾਂ ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਦੀ, ਅੰਮ੍ਰਿਤਸਰ ਬ੍ਰਾਂਚ ਦੇ ਵਿੱਚ ਸੀਨੀਅਰ ਰਜਿਸਟਰਡ ਮਾਈਗ੍ਰੇਸ਼ਨ ਏਜੰਟ, ਅਗਰ ਆਪਾਂ ਗੱਲ ਕਰਦੇ ਹਾਂ ਕੋਵਿਡ-19 ਦੀ, ਕੋਵਿਡ-19 ਤੋਂ ਬਾਅਦ ਪਹਿਲੀ ਵਾਰ ਈਵਨ ਪੰਜਾਬ ਦੇ ਵਿੱਚ ਜੋ ਕਿ ਆਸਟ੍ਰੇਲੀਆ ਤੋਂ ਸੀਨੀਅਰ ਰਜਿਸਟਰ ਮਾਈਗ੍ਰੇਸ਼ਨ ਏਜੰਟ ਮਿਸਟਰ ਸੁਮਿਤ ਖੰਨਾ ਸਰ ਆ ਰਹੇ ਆ। ਆਸਟ੍ਰੇਲੀਆ ਰਿਲੇਟਡ ਜਿੰਨੇ ਵੀ ਐਪਲੀਕੈਂਟ ਦੇ ਸਵਾਲ ਹੈ, ਜਿਨ੍ਹਾਂ ਦਾ ਸੁਪਨਾ ਆਸਟ੍ਰੇਲੀਆ ਜਾਣਾ ਬਟ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰ ਚੁੱਕੇ ਹੋ, ਔਰ ਤੁਸੀਂ ਓਮ ਗਲੋਬਲ ਦੇ ਬ੍ਰਾਂਚ ਵਿੱਚ ਵਿਜ਼ਿਟ ਕਰਕੇ ਅੱਜ ਸੈਮੀਨਾਰ ਦੇ ਵਿੱਚ ਤੁਸੀਂ ਸਰ ਨੂੰ 1-on-1 ਮਿਲ ਸਕਦੇ ਹੋ, ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਜਿਹੜੇ ਐਪਲੀਕੈਂਟਸ ਆਸਟ੍ਰੇਲੀਆ ਜਾਣਾ ਚਾਹੁੰਦੇ ਸੀਗੇ ਜਾਂ ਹੋਰ ਕੰਟਰੀਆਂ ਤੋਂ ਜਿਹੜੇ ਐਪਲੀਕੈਂਟ ਰਿਫਿਊਜ਼ ਹੈਗੇ ਆ, ਉਹ ਅੱਜ ਸੁਮਿਤ ਖੰਨਾ ਸਰ ਨੂੰ ਮਿਲ ਸਕਦੇ ਨੇ। ਅਗਰ ਆਪਾਂ ਗੱਲ ਕਰਦੇ ਹਾਂ ਪਿਛਲੇ ਟਾਈਮ ਦੀ, ਕਾਫੀ ਐਪਲੀਕੈਂਟ ਸੀਗੇ ਜੋ ਕਿ ਗਾਈਡੈਂਸ ਨਹੀਂ ਕਿਸੇ ਨੂੰ ਮਿਲ ਸਕੀ, ਪ੍ਰੋਪਰ ਰਿਊਮਰ ਸੀਗੇ ਔਰ ਕਰੈਕਟ ਇਨਫੋਰਮੇਸ਼ਨ ਔਰ ਰੀਸੈਂਟ ਅਪਡੇਟਸ ਜਿਨ੍ਹਾਂ ਕੋਲ ਨਹੀਂ ਸੀਗੀਆਂ, ਉਹ ਐਪਲੀਕੈਂਟਸ ਜ਼ਰੂਰ ਵਿਜ਼ਿਟ ਕਰਨ। ਸੈਕਿੰਡ ਥਿੰਗ ਇਹਦੇ ਵਿੱਚ ਇਹ ਕਹਿਣਾ ਚਾਹੂੰਗਾ ਕਿ ਬੜੇ ਕਾਲਸ ਆਏ, ਬੜੀਆਂ ਅਪੁਆਇੰਟਮੈਂਟਸ ਹੋਈਆਂ ਅੱਜ ਦੇ ਲਈ, ਕਈ ਐਪਲੀਕੈਂਟਸ ਇੱਦਾਂ ਦੇ ਆ ਕਿ ਜਿਹੜੇ ਇਸ ਚੀਜ਼ ਦੇ ਲਈ ਅਵੇਅਰ ਨਹੀਂ ਸੀ, ਸੋ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਵੀ ਮੈਂ ਇੱਕ ਇਨਫੋਰਮੇਸ਼ਨ ਦੇਣੀ ਚਾਹੂੰਗਾ ਕਿ ਜਿਹੜੇ ਐਪਲੀਕੈਂਟਸ ਦੀ ਹਜੇ ਤੱਕ ਅਪੁਆਇੰਟਮੈਂਟ ਬੁੱਕ ਨਹੀਂ ਹੋਈ, ਉਹ ਤੁਸੀਂ 9161 9167 ਨੰਬਰ 'ਤੇ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ ਅਤੇ ਇਸ ਮੈਗਾ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ। ਅਤੇ ਆਸਟ੍ਰੇਲੀਅਨ ਮਾਈਗ੍ਰੇਸ਼ਨ ਏਜੰਟ ਨੂੰ ਤੁਸੀਂ ਸਰ ਨੂੰ ਮਿਲ ਕੇ ਆਪਣੇ ਆਸਟ੍ਰੇਲੀਆ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਸੋ ਹਰ ਇੱਕ ਸਟੂਡੈਂਟ ਲਈ ਸੱਦਾ ਮੈਂ ਇਹੀ ਦੇਣਾ ਚਾਹੂੰਗਾ ਕਿ ਜਿਹੜੇ ਬ੍ਰਾਂਚ ਦੇ ਵਿੱਚ ਵਿਜ਼ਿਟ ਕਰਨਾ ਚਾਹੁੰਦੇ ਆ, ਅੱਜ ਦੇ ਦਿਨ ਸੈਮੀਨਾਰ ਦੇ ਵਿੱਚ ਤੁਸੀਂ ਅੰਮ੍ਰਿਤਸਰ ਆਫਿਸ ਵਿਜ਼ਿਟ ਕਰ ਸਕਦੇ ਹੋ। ਅਗਰ 10 ਤਰੀਕ ਦੀ ਗੱਲ ਕਰਦੇ ਹਾਂ, 10 ਤਰੀਕ ਜਲੰਧਰ, 11 ਤਰੀਕ ਚੰਡੀਗੜ੍ਹ ਅਤੇ 12 ਤਰੀਕ ਬਠਿੰਡਾ ਬ੍ਰਾਂਚ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਸੋ ਇੱਕ ਗੋਲਡਨ ਚਾਂਸ, ਇੱਕ ਗੋਲਡਨ ਪੀਰੀਅਡ ਹੈ ਆਸਟ੍ਰੇਲੀਆ ਜਾਣ ਦੇ ਵਿਦਿਆਰਥੀਆਂ ਦੇ ਲਈ। ਸੋ ਆਪਣਾ ਸਮਾਂ ਬਿਲਕੁਲ ਨਾ ਬਰਬਾਦ ਕਰਦੇ ਹੋਏ 9161 9167 ਡਾਇਲ ਕਰਕੇ ਆਪਣੀ ਅਪੁਆਇੰਟਮੈਂਟ ਲੈ ਸਕਦੇ ਹੋ ਅਤੇ ਸੀਨੀਅਰ ਰਜਿਸਟਰ ਮਾਈਗ੍ਰੇਸ਼ਨ ਏਜੰਟ ਨੂੰ ਮਿਲ ਸਕਦੇ ਹੋ। ਧੰਨਵਾਦ।